Welcome students, in today's video I will discuss task 1 of writing module. This is type 2. I have already discussed type 1, and which was the bar graph, and today I will discuss line graph. Main just ek simple answer nahi kita hai pura, main tonu ek bol ke hint hi dungi, tusi khud try karna ਕਿੱਦਾਂ ਤੁਸੀਂ ਇਹਦੇ ਵਿੱਚ ਮੇਨ ਮੇਨ ਪੁਆਇੰਟ ਨੇ ਜਿਹੜੇ ਉਹ ਡਿਸਕਸ ਕਰਨੇ ਹੁੰਦੇ ਨੇ ਸੋ ਤਾਂ ਜੋ ਤੁਸੀਂ 10 ਔਰ 15 ਮਿੰਟ ਦੇ ਇਨ ਬਿਟਵੀਨ ਤੁਸੀਂ ਆਪਣਾ ਟਾਸਕ 1 ਕੰਪਲੀਟ ਕਰ ਸਕਦੇ ਹੋ ਐਂਡ ਆਫਟਰ ਦੈਟ ਤੁਸੀਂ ਆਪਣਾ ਜਿਹੜਾ ਵੈਲਿਊਏਬਲ ਟਾਈਮ ਹੈ ਉਹ ਟਾਸਕ 2 ਲਈ ਸੇਵ ਕਰ ਸਕਦੇ ਹੋ ਦੇਖੋ ਥਿਸ ਇਜ਼ ਦੀ ਸਟੇਟਮੈਂਟ ਦੀ ਗ੍ਰਾਫ ਬਿਲੋ ਸ਼ੋਜ਼ ਦਾ ਨੰਬਰ ਆਫ ਸਟੂਡੈਂਟਸ ਫਰੋਮ ਦਾ ਯੂ ਐਸ ਦਾ ਯੂ ਕੇ ਦਾ ਆਸਟ੍ਰੇਲੀਆ Who studied in universities in other countries from 2002 to 2007? This is the statement and this is the graph. ਦੇਖੋ ਸਭ ਤੋਂ ਪਹਿਲਾਂ ਜਦੋਂ ਵੀ ਗ੍ਰਾਫ ਸ਼ੁਰੂ ਕਰਨਾ ਤੁਸੀਂ ਗ੍ਰਾਫ ਨੂੰ ਹੀ ਸਮਝਣਾ ਵੀ ਕੀ ਹੈ ਗ੍ਰਾਫ 'ਤੇ ਇਸ ਸਾਈਡ 'ਤੇ ਈਅਰ ਦਿੱਤੇ ਹੋਏ ਨੇ ਇਸ ਸਾਈਡ 'ਤੇ ਆਪਾਂ ਨੂੰ ਉਹਨਾਂ ਦੀ ਨੰਬਰਿੰਗ ਦਿੱਤੀ ਹੋਈ ਹੈ 10,000 ਸਟੂਡੈਂਟ ਹੈ 20,000 30,000 ਲਾਈਕ ਦੈਟ ਦੈਨ ਉਸ ਤੋਂ ਬਾਅਦ ਤੁਸੀਂ ਦੇਖੋ ਈਅਰ ਪਤਾ ਲੱਗ ਗਿਆ ਵੀ ਆਪਾਂ ਨੂੰ ਦੇਖੋ ਵੀ ਇਹ ਜੋ ਲਾਈਨਸ ਦਿੱਤੀਆਂ ਗਈਆਂ ਨੇ ਇਹ ਕਿਸ ਕੰਟਰੀ ਨੂੰ ਕਿਹੜੀ ਬਿਲੋਂਗ ਕਰਦੀ ਹੈ ਜੋ ਡੋਟਡ ਲਾਈਨ ਹੈ ਇਹ ਦਾ ਯੂ ਐਸ ਸਟੂਡੈਂਟਸ ਦੀ ਕਾਊਂਟਿੰਗ ਹੈ ਦੈਨ ਜੋ ਇਹ ਸਟ੍ਰੇਟ ਲਾਈਨ ਹੈ ਡਾਰਕ ਦਾ ਯੂ ਕੇ ਜੋ ਡੋਟਡ ਡਾਰਕ ਲਾਈਨ ਹੈ ਇਹ ਆਸਟ੍ਰੇਲੀਅਨ ਠੀਕ ਹੈ ਥ੍ਰੀ ਕੰਟਰੀਜ਼ ਦੇ ਸਟੂਡੈਂਟ ਨੇ ਆਪਾਂ ਨੇ ਕੋਲ ਸੋ ਹਾਊ ਟੂ ਸਟਾਰਟ ਫਸਟ ਆਫ ਆਲ ਯੂ ਹੈਵ ਟੂ ਨੋ ਅਬਾਊਟ ਦੀ ਸਟਰਕਚਰ ਫੋਰ ਟਾਈਪ ਆਪਣੇ ਕੋਲ ਜਿਹੜੇ ਸਟਰਕਚਰ ਹੁੰਦੀ ਹੈ ਉਸਦੇ ਵਿੱਚ ਫੋਰ ਵੀਪੀਸ ਹੁੰਦੇ ਨੇ ਫਸਟ ਇੰਟਰੋ ਠੀਕ ਹੈ ਸੈਕਿੰਡ ਓਵਰਵਿਊ ਜਾਂ ਓਵਰਆਲ ਵੀ ਕਹਿ ਸਕਦੇ ਤੁਸੀਂ ਓਵਰਆਲ ਐਂਡ ਨੈਕਸਟ ਬੀ ਪੀ 1 ਐਂਡ ਬੀ ਪੀ 2 ਸਮ ਸਟੂਡੈਂਟ ਜਿਹੜੇ ਓਵਰਆਲ ਹੈ ਇੱਥੇ ਵੀ ਲਿਖ ਸਕਦੇ ਹੋ ਮਤਲਬ ਇੰਟਰੋਡਕਸ਼ਨ ਬੀ ਪੀ 1 ਬੀ ਪੀ 2 ਐਂਡ ਓਵਰਆਲ ਬੋਥ ਆਰ ਰਾਈਟ ਯੂ ਕੈਨ ਚੂਜ਼ 1 ਇੰਟਰੋਡਕਸ਼ਨ ਦੇ ਵਿੱਚ ਦੇਖੋ ਹੁਣ ਇਹਦੇ ਵਿੱਚ ਵੀ ਟਾਸਕ ਦੇ 1 ਦੇ ਵਿੱਚ ਤੁਹਾਡੇ 7 ਬੈਂਡ ਕਿਉਂ ਨਹੀਂ ਆਉਂਦੇ ਹੈਗੇ ਕਿਉਂਕਿ ਟਾਸਕ 1 ਦੇ ਵਿੱਚ ਵੀ ਤੁਹਾਡਾ ਸਿਨੋਨੀਅਮ ਪਲੱਸ ਰੇਂਜ ਆਫ ਵੋਕੈਬਲਰੀ ਇੰਪੋਰਟੈਂਟ ਹੁੰਦੀ ਆ ਰੇਂਜ ਆਫ ਵੋਕੈਬਲਰੀ ਮੀਨਸ ਕੰਪਲੈਕਸ ਐਂਡ ਸਿੰਪਲ ਸੈਂਟੈਂਸ ਦਾ ਕੋਂਬੋ ਤੁਹਾਡਾ ਟਾਸਕ 1 ਦੇ ਵਿੱਚ ਨਜ਼ਰ ਆਉਣਾ ਚਾਹੀਦਾ ਹੈ ਉਹ ਕੰਪਲੈਕਸ ਸੈਂਟੈਂਸ ਤੁਸੀਂ ਇੰਟਰੋ ਦੇ ਵਿੱਚ ਵੀ ਸ਼ੋਅ ਕਰ ਸਕਦੇ ਹੋ ਓਵਰਆਲ ਦੇ ਵਿੱਚ ਵੀ ਐਂਡ ਬੀ ਪੀ 1 ਐਂਡ ਬੀ ਪੀ 2 ਪਲੱਸ ਕੰਪੈਰੀਜ਼ਨ ਕੰਪੈਰੀਜ਼ਨ ਮਤਲਬ ਓਪੋਜਿਟ ਤੁਸੀਂ ਇਨਫੋਰਮੇਸ਼ਨ ਰੀਪ੍ਰਜੈਂਟ ਕਰਨੀ ਹੁੰਦੀ ਹੈ ਹਾਓ ਐਵਰ ਵਾਈਲ ਵੇਅਰ ਐਜ ਬਟ ਕੰਪੇਅਰ ਟੂ ਰੈਦਰ ਦੈਨ ਮਤਲਬ ਇੱਦਾਂ ਇਹਨਾਂ ਚੀਜ਼ਾਂ ਨੂੰ ਜੁਆਇਨ ਕਰਨਾ ਹੁੰਦਾ ਗਾ ਦੇਖੋ ਇੰਟਰੋਡਕਸ਼ਨ ਦੇ ਵਿੱਚ ਹੀ ਆਪਾਂ ਇੱਕ ਕੰਪਲੈਕਸ ਸੈਂਟੈਂਸ ਬਣਾਉਣਾ ਹੁੰਦਾ ਦੇਖੋ ਇੰਟਰੋਡਕਸ਼ਨ ਦੇ ਵਿੱਚ ਇਹ ਟੂ ਸੈਂਟੈਂਸ ਇੰਟਰੋਡਕਸ਼ਨ ਦੇ ਵਿੱਚ ਲਿਖਣੇ ਹੁੰਦੇ ਆ ਤੁਸੀਂ ਟੂ ਸੈਂਟੈਂਸ ਹੀ ਇਸ ਦੇ ਵਿੱਚ ਲਿਖਣੇ ਹੁੰਦੇ ਆ ਦੈਨ ਬੀ ਪੀ 1 ਡਿਪੈਂਡ ਕਰਦਾ ਇਨਫੋਰਮੇਸ਼ਨ ਕਿੰਨੀ ਪ੍ਰੋਵਾਈਡ ਕੀਤੀ ਗਈ ਹੈ ਸੇਮ ਐਜ਼ ਬੀ ਪੀ 2 ਬਟ ਇਹਦੇ ਵਿੱਚ ਹਮੇਸ਼ਾ ਟੂ ਟੂ ਦੇ ਹੀ ਸੈਂਟੈਂਸ ਹੁੰਦੇ ਨੇ ਨੋਟ ਮੋਰ ਦੈਨ ਦੈਟ ਸੋ ਇੰਟਰੋਡਕਸ਼ਨ ਇਹਦੀ ਕਿਵੇਂ ਲਿਖ ਸਕਦੇ ਤੁਸੀਂ ਦੇਖੋ ਇਹ ਲਾਈਨ ਗ੍ਰਾਫ ਹੈ ਤਾਂ ਸ਼ੁਰੂ ਕਰ ਸਕਦੇ ਹੋ ਗਿਵਨ ਲਾਈਨ ਗ੍ਰਾਫ ਜਾਂ ਫਿਰ ਤੁਸੀਂ ਕਰ ਸਕਦੇ ਹੋ ਦਾ ਪ੍ਰੋਵਾਈਡਡ ਲਾਈਨ ਗ੍ਰਾਫ ਬਿਲੋ ਦੀ ਜਗ੍ਹਾ 'ਤੇ ਆਪਾਂ ਵਰਡ ਲਿਖ ਸਕਦੇ ਹਾਂ ਡਿਪਿਕਟਸ ਕੰਪੈਰੀਜ਼ਨ ਕੰਪੇਅਰ ਔਰ ਇਲੂਸਟਰੇਟ ਰੀਪ੍ਰਜੈਂਟ ਰਿਵੀਲ ਤੁਹਾਨੂੰ ਪਤਾ ਹੀ ਹੈ ਸਾਰਾ ਕੁਛ ਅਤੇ ਸੋ ਇਹਦੇ ਉੱਤੇ ਇਹ ਨਹੀਂ ਹੁੰਦਾ ਵੀ ਇਹਦੇ ਕੁਛ ਮਾਰਕਸ ਮਿਲਣਗੇ ਜਸਟ ਇਹਨੂੰ ਰੀਫਰੇਜ਼ ਕਰ ਦਿਉ ਸ਼ੋਜ਼ ਵੀ ਆ ਸਕਦਾ ਨੰਬਰ ਸੇਮ ਹੀ ਮਿਲਣਗੇ ਜਿੰਨਾ ਕੋਈ ਇਲੂਸਟਰੇਟ ਲਿਖੂ ਉਹਨੂੰ ਵੀ ਸੇਮ ਹੀ ਮਿਲਣਗੇ ਜੋ ਸ਼ੋਜ਼ ਲਿਖੂ ਡਿਪਿਕਟ ਲਿਖੂ ਉਹਨੂੰ ਵੀ ਸੇਮ ਮਿਲਣਗੇ ਬਸ ਕੰਡੀਸ਼ਨ ਕੀ ਹੈ ਵੀ ਜੋ ਸ਼ੋਜ਼ ਹੈ ਸ਼ੋਜ਼ ਦੀ ਜਗ੍ਹਾ 'ਤੇ ਤੁਸੀਂ ਸ਼ੋਜ਼ ਨਹੀਂ ਰੱਖਣਾ ਇਹਨੂੰ ਚੇਂਜ ਕਰਨਾ ਕੋਈ ਹੋਰ ਸਿਨੋਨੀਅਮ ਦਿਖਾਉਣਾ ਇਹਦੀ ਜਗ੍ਹਾ 'ਤੇ ਠੀਕ ਹੈ ਮਾਰਕਸ ਵਿਲ ਬੀ ਸੇਮ ਦੀ ਪ੍ਰੋਵਾਈਡਡ ਗ੍ਰਾਫ ਔਰ ਦਾ ਗਿਵਨ ਲਾਈਨ ਗ੍ਰਾਫ ਰੀਪ੍ਰਜੈਂਟਸ ਜਾਂ ਕੰਪੇਅਰਸ ਦੀ ਨੰਬਰ ਆਫ ਸਟੂਡੈਂਟਸ ਦੀ ਜਗ੍ਹਾ ਆਪਾਂ ਕੀ ਕਰ ਸਕਦੇ ਹਾਂ ਇਹ ਤਾਂ ਸੇਮ ਹੀ ਰਹੇਗਾ ਜਾਂ ਫਿਰ ਇਹਨੂੰ ਕਨੈਕਟ ਕਰ ਸਕਦੇ ਹੋ ਤੁਸੀਂ ਦੋ ਵੇਜ਼ ਹੁੰਦੇ ਨੇ ਨੰਬਰ ਆਫ ਸਟੂਡੈਂਟਸ ਦੀ ਜਗ੍ਹਾ 'ਤੇ ਹਾਓ ਮੈਨੀ ਨਾਲ ਵੀ ਕਨੈਕਟ ਕਰ ਸਕਦੇ ਹੋ ਅਦਰਵਾਈਜ਼ ਦਾ ਨੰਬਰ ਆਫ ਸਟੂਡੈਂਟਸ ਸੇਮ ਹੈ ਦਾ ਨੰਬਰ ਆਫ ਸਟੂਡੈਂਟਸ ਫਰੋਮ ਦਾ ਯੂ ਐਸ ਏ ਨੂੰ ਆਪਾਂ ਕੀ ਲਿਖ ਸਕਦੇ ਹਾਂ ਦੇਖੋ ਦਾ ਯੂ ਐਸ ਨੂੰ ਤੁਸੀਂ ਕੀ ਲਿਖ ਸਕਦੇ ਹੋਗੇ ਦੀ ਅਮੈਰੀਕਨ ਸਟੂਡੈਂਟਸ ਐਂਡ ਦਾ ਯੂ ਕੇ ਨੂੰ ਕੀ ਲਿਖ ਸਕਦੇ ਹਾਂ ਆਪਾਂ ਬ੍ਰਿਟਿਸ਼ ਸਟੂਡੈਂਟਸ ਐਂਡ ਆਸਟ੍ਰੇਲੀਆ ਨੂੰ ਕੀ ਲਿਖ ਸਕਦੇ ਹਾਂ ਆਪਾਂ ਆਸਟ੍ਰੇਲੀਅਨ ਇਹ ਕੀ ਹੋ ਗਈ ਰੀਫਰੇਜ਼ਿੰਗ ਹੋ ਗਈ ਨੰਬਰ ਆਫ ਸਟੂਡੈਂਟਸ ਫਰੋਮ ਦਾ ਅਮੈਰੀਕਾ ਦਾ ਨੰਬਰ ਆਫ ਸਟੂਡੈਂਟਸ ਫਰੋਮ ਦ ਨਹੀਂ ਲੱਗੇਗਾ ਕਿਉਂਕਿ ਦਾ ਆਲਰੇਡੀ ਆਪਾਂ ਦਾ ਨੰਬਰ ਮੂਹਰੇ ਲਗਾ ਚੁੱਕੇ ਹਾਂ ਦਾ ਨੰਬਰ ਆਫ ਸਟੂਡੈਂਟਸ ਫਰੋਮ ਅਮੈਰੀਕਾ ਬ੍ਰਿਟਿਸ਼ ਐਂਡ ਆਸਟ੍ਰੇਲੀਆ
ਹੂ ਸਟੱਡੀਡ ਇਨ ਦੀ ਯੂਨੀਵਰਸਿਟੀਜ਼ ਇਨ ਅਦਰ ਕੰਟਰੀਜ਼, ਜਗ੍ਹਾ 'ਤੇ ਲਿਖ ਸਕਦੇ ਹਾਂ ਯੂਨੀਵਰਸਿਟੀਜ਼, ਯੂਨੀਵਰਸਿਟੀ ਕਿੱਥੋਂ ਦੀਆਂ ਨੇ, ਹੋਰ ਦੇਸ਼ਾਂ ਦੀਆਂ, ਆਪਾਂ ਕੀ ਲਿਖਾਂਗੇ ਯੂਨੀਵਰਸਿਟੀਜ਼ ਆਫ ਅਦਰ ਨੇਸ਼ਨਸ, ਇੱਦਾਂ ਕਨਵਰਟ ਕਰ ਦਿਉ, ਠੀਕ ਹੈ। ਫਰੋਮ ਫਾਈਵ ਦੇ ਕਿੰਨੇ ਈਅਰ ਨੇ, 1, 2, 3, 4, 5, 1, 2, 3, 4, 5, 6, ਓਵਰ ਆ 6 ਪੀਰੀਅਡ ਆਫ ਟਾਈਮ, ਸਟਾਰਟਿੰਗ ਫਰੋਮ 2002, ਕਿੱਥੋਂ ਸ਼ੁਰੂਆਤ ਹੋ ਰਹੀ ਹੈ 2002, ਇਹ ਲਿਖ ਸਕਦੇ ਹੋ, ਅਦਰਵਾਈਜ਼ ਲਿਖ ਸਕਦੇ ਹੋ ਬਿਟਵੀਨ 2002 and 2007, ਠੀਕ ਹੈ। ਦਿਸ ਇਜ਼ ਦੀ ਸਟਰਕਚਰ। ਹੁਣ ਇੱਥੇ ਤੁਹਾਡਾ ਕੰਪਲੈਕਸ ਸੈਂਟੈਂਸ ਕਿਵੇਂ ਬਣ ਗਿਆ, ਹੂ ਨਾਲ ਕਨੈਕਟ ਹੋ ਗਿਆ, ਠੀਕ ਹੈ, ਰੀਫਰੇਜ਼ਿੰਗ ਵੀ ਹੋ ਗਈ। ਦੈਨ ਓਵਰਵਿਊ, ਓਵਰਵਿਊ ਹੁੰਦਾ ਹੈਗਾ ਵੀ ਓਵਰਆਲ ਤੁਸੀਂ ਜਦੋਂ ਇਹ ਚਾਰਟ ਨੂੰ, ਇਹ ਲਾਈਨ ਗ੍ਰਾਫ ਨੂੰ ਤੁਸੀਂ ਦੇਖਦੇ ਹੁੰਦੇ ਨਾ, ਹਾਈਏ ਹਾਈਲਾਈਟ ਕੀ ਹੋ ਰਿਹਾ, ਤੁਹਾਨੂੰ ਫਸਟ ਨਜ਼ਰ ਦੇ ਵਿੱਚ ਕੀ ਨਜ਼ਰ ਆ ਰਿਹਾ, ਫਸਟ ਨਜ਼ਰ ਦੇ ਵਿੱਚ ਇਹ ਆ ਰਿਹਾ ਵੀ ਸਭ ਤੋਂ ਵੱਧ ਗਿਣਤੀ ਆਪਣੀ ਡਾਟਰ ਲਾਈਨ ਦੀ ਹੈ। ਡਾਟਰ ਲਾਈਨ ਕਿਹੜੀ ਹੈ, ਸਿੱਧਾ ਯੂ ਐੱਸ ਏ, ਦੋ ਯੂ ਐੱਸ ਏ ਕੌਣ ਨੇ, ਅਮੈਰੀਕਨ ਸਟੂਡੈਂਟਸ। ਆਪਾਂ ਨੂੰ ਕਾਊਂਟ, ਦੇਖੋ ਗੱਲ ਲਗਾ ਦੀ ਕਿਸ ਚੀਜ਼ ਦੀ ਚੱਲ ਰਹੀ ਹੈ, ਕਾਊਂਟਿੰਗ ਦੀ ਚੱਲ ਰਹੀ ਹੈ, ਗਿਣਤੀ ਕਿਸ ਕਿੰਨਾ ਦੀ ਜ਼ਿਆਦਾ ਹੈ, ਦੈਨ ਪਤਾ ਹੀ ਲੱਗ ਰਿਹਾ ਇਹ 10,000 'ਤੇ ਹੈ, ਇਹ 30,000 ਹੈ, 50,000, ਤਾਂ ਹਾਈਲਾਈਟ ਕੀ ਹੋ ਗਿਆ ਆਪਣਾ, ਓਵਰ ਵਿਊ ਓਵਰਆਲ ਕੀ ਬਣ ਗਿਆ ਵੀ ਮੈਕਸੀਮਮ ਸਟੂਡੈਂਟਸ ਕਿਸ ਦੇ ਨੇ, ਕਿਹੜੀ ਕੰਟਰੀ ਦੇ ਨੇ, ਜਾਂ ਯੂ ਐੱਸ ਏ। ਆਪਾਂ ਕਿੱਦਾਂ ਲਿਖ ਸਕਦੇ ਹਾਂ, ਇਹਨੂੰ ਓਵਰਆਲ, ਇਟ ਇਜ਼ ਕਲੀਅਰ ਦੈਟ ਦ ਮੈਕਸੀਮਮ ਨੰਬਰ ਆਫ ਸਟੂਡੈਂਟਸ ਜਾਂ ਮੈਕਸੀਮਮ ਨੰਬਰ ਆਫ ਸਟੂਡੈਂਟਸ ਵਰ ਫਰੋਮ ਦ ਅਮੈਰੀਕਾ, ਠੀਕ ਹੈ, ਇੱਦਾਂ ਲਿਖ ਸਕਦੇ ਹੋ। ਲੋਐਸਟ ਕਿਸ ਚੀਜ਼, ਕਿਸ ਕਿਹੜੀ ਕੰਟਰੀ ਦੇ ਨੇ, ਆਸਟ੍ਰੇਲੀਆ ਦੀ। ਦ ਲੀਸਟ ਨੰਬਰ ਆਫ ਸਟੂਡੈਂਟਸ ਵਰ ਫਰੋਮ ਆਸਟ੍ਰੇਲੀਆ, ਠੀਕ ਹੈ। ਹੋਰ ਕੀ ਲਿਖ ਸਕਦੇ ਹੋ ਓਵਰਵਿਊ ਦੇ ਵਿੱਚ, ਅਗਰ ਲਿਖਣਾ ਹੋਵੇ ਓਵਰਆਲ, ਤੁਸੀਂ ਇਹ ਵੀ ਲਿਖ ਸਕਦੇ ਹੋਗੇ ਵੀ ਨੰਬਰ ਆਫ ਸਟੂਡੈਂਟਸ ਫਰੋਮ ਅਮੈਰੀਕਾ ਐਂਡ ਨੰਬਰ ਆਫ ਸਟੂਡੈਂਟ ਫਰੋਮ ਆਸਟ੍ਰੇਲੀਆ, ਦੋਨੋਂ ਕੀ ਰਹੇ ਨੇ 2002 ਤੋਂ ਲੈ ਕੇ 2007 ਤੋਂ, ਦੋਨਾਂ ਨੇ ਸੇਮ ਹੀ ਟਰੈਂਡ ਫੋਲੋ ਕੀਤਾ, ਇਹ ਵੀ ਸੇਮ ਰਹੇ ਨੇ, ਇਹ ਵੀ 50,000 ਤੋਂ ਸ਼ੁਰੂ ਹੋਇਆ ਸੀ, 50,000 'ਤੇ ਇਹ ਖਤਮ ਹੋ ਚੁੱਕਿਆ, ਮਤਲਬ ਦੋਨਾਂ ਨੇ ਸੇਮ ਟਰੈਂਡ ਫੋਲੋ ਕੀਤਾ। ਬਟ ਐਜ਼ ਕੰਪੇਅਰ ਟੂ, ਤੁਸੀਂ ਇੱਥੇ ਇਹਦੇ ਨਾਲ ਕੀ ਕਰ ਦੋਗੇ, ਕੰਪੈਰੀਜ਼ਨ, ਬਟ ਓਪੋਜ਼ਿਟ ਟਰੈਂਡ ਵਾਜ਼ ਸੀਨ, ਮੀਨਸ ਇਹਦੇ ਵਿੱਚ ਜਿਹੜੀ ਆਪਣਾ ਯੂ ਕੇ ਦੇ ਸਟੂਡੈਂਟ ਨੇ, ਉਹਨਾਂ ਨੇ ਡਿਕਰੀਜ਼ਡ ਟਰੈਂਡ ਫੋਲੋ ਕੀਤਾ। ਦੋ ਕੰਪੈਰੀਜ਼ਨ ਹੋ ਸਕਦੇ ਨੇ, ਮੈਕਸੀਮਮ ਮਿਨੀਮਮ ਨਾਲ ਵੀ ਕਰ ਸਕਦੇ ਹੋ, ਅਦਰਵਾਈਜ਼ ਤੁਸੀਂ ਟਰੈਂਡ ਦੇ ਨਾਲ ਵੀ ਕਰ ਸਕਦੇ ਹੋ, ਇਹ ਸੇਮ ਟਰੈਂਡ ਫੋਲੋ ਕੀਤਾ, ਸੇਮ ਸਟੇਬਲ ਰਹੇ ਨੇ ਇਹਨਾਂ ਦੀ ਗਿਣਤੀ, ਬਟ ਇਹਨਾਂ ਦੇ ਵਿੱਚ ਕੀ ਹੋਇਆ, ਡਿਕਰੀਜ਼ਡ ਨੰਬਰਿੰਗ ਕੀ ਹੋਈ ਹੈ, ਦ ਨੰਬਰ ਆਫ ਸਟੂਡੈਂਟਸ ਵਰ ਡਿਕਰੀਜ਼ਡ ਜਾਂ ਨੰਬਰ ਆਫ ਸਟੂਡੈਂਟ ਡਿਕਰੀ, ਸੋਰੀ ਵਰ ਨਹੀਂ ਆਏਗਾ, ਦ ਨੰਬਰ ਆਫ ਸਟੂਡੈਂਟ ਡਿਕਰੀਜ਼ਡ ਗ੍ਰੈਜੂਅਲੀ ਮੋਡਰੇਟਲੀ, ਜੋ ਵੀ ਹੈ, ਇਹ ਆਪਣਾ ਓਵਰਆਲ ਹੋ ਗਿਆ, ਠੀਕ ਹੈ। ਦੈਨ BP1 ਦੇ ਵਿੱਚ ਤੁਸੀਂ ਕੀ ਲਿਖੋਗੇ, BP1 ਦੇ ਵਿੱਚ ਫਸਟ ਕਿਹਦੀ ਗੱਲ ਕਰ ਸਕਦੇ ਹੋ, ਜਾਂ ਤਾਂ ਤੁਸੀਂ ਇਹਨਾਂ ਦੋਨਾਂ ਨੂੰ ਕੰਬਾਈਂਡ ਕਰ ਦਿਓ ਇੱਕ ਦੇ ਵਿੱਚ, ਇਹ ਤੁਹਾਡੀ ਚੋਇਸ ਹੈ, ਕਿਉਂਕਿ ਜਿਹੜਾ ਆਹ ਵਾਲਾ ਸੈਂਟੈਂਸ ਹੈ ਇਹ ਤਾਂ ਸਿੰਗਲ ਲਾਈਨ 'ਚ ਹੀ ਕਨੈਕਟ ਹੋ ਜਾਏਗਾ, ਜਾਂ ਤਾਂ ਇਹਨਾਂ ਦੋਨਾਂ ਨੂੰ ਪਹਿਲਾਂ ਐਕਸਪਲੇਨ ਕਰ ਦਿਉ, ਇਹ BP2 ਦੇ ਵਿੱਚ ਹੋ ਜਾਏਗਾ, ਜਾਂ ਇਸ ਨੂੰ BP1 ਦੇ ਵਿੱਚ ਕਰ ਦਿਉ, ਦੈਨ ਆਹ ਦੋਨੇ ਕੀ ਹੋ ਜਾਣਗੇ, BP2 ਦੇ ਵਿੱਚ, ਦਿਸ ਇਜ਼ ਅਪ ਟੂ ਯੂ, ਓਕੇ। ਫੋਰ ਐਗਜ਼ਾਮਪਲ ਆਪਾਂ ਇਸ ਤੋਂ ਹੀ ਸ਼ੁਰੂ ਕਰ ਲੈਂਦੇ ਹਾਂ, ਇਨ 2002 ਨੰਬਰ ਆਫ ਸਟੂਡੈਂਟਸ ਫਰੋਮ ਦ UK ਹੂ ਸਟੱਡੀਡ ਅਬਰੋਡ, ਹੁਣ ਦੇਖਣ ਨਾਲ ਲਿਖਿਆ ਸੀ ਅਦਰ ਕੰਟਰੀ, ਅਦਰ ਕੰਟਰੀ ਦਾ ਸਨੋਨੀਅਮ ਆਪਾਂ ਕੀ ਯੂਜ਼ ਕਰ ਸਕਦੇ ਹਾਂ, ਦੇਖੋ ਮੈਂ ਇੱਥੇ ਲਿਖੀ ਦਿੰਦੀ ਹਾਂ, ਅਦਰ ਕੰਟਰੀ ਜਗ੍ਹਾ ਤੁਸੀਂ ਵਾਰ ਵਾਰ ਅਦਰ ਕੰਟਰੀਜ਼ ਨਹੀਂ ਲਿਖੋਗੇ, ਇੱਥੇ ਅਬਰੋਡ ਲਿਖ ਸਕਦੇ ਹੋ, ਠੀਕ ਹੈ। ਓਵਰਸੀਜ਼, ਫੋਰਨ ਯੂਨੀਵਰਸਿਟੀਜ਼, ਠੀਕ ਹੈ, ਯੂਨੀਵਰਸਿਟੀਜ਼ ਆਫ ਦ ਵਰਲਡ, ਇੱਦਾਂ, ਜਾਂ ਅਦਰ ਪਾਰਟਸ ਆਫ ਦ ਵਰਲਡ, ਯੂਨੀਵਰਸਿਟੀਜ਼ ਆਫ ਦ ਵਰਲਡ ਨਹੀਂ ਲਿਖ ਸਕਦਾ, ਯੂਨੀਵਰਸਿਟੀ ਆਫ ਦ ਇਨ ਅਦਰ ਪਾਰਟਸ ਆਫ ਦ ਵਰਲਡ, ਇਨ ਅਦਰ ਪਾਰਟਸ ਮਤਲਬ ਆਪਣੇ ਕੰਟਰੀ ਦੇ ਪਾਰਟ ਨਾਲੋਂ ਦੂਸਰੇ ਕੰਟਰੀ ਦੇ, ਵਰਲਡ ਦੇ ਦੂਸਰੇ ਹਿੱਸਿਆਂ ਦੇ ਵਿੱਚ, ਪਾਰਟਸ ਦੇ ਵਿੱਚ ਜਾ ਰਹੇ ਨੇ, ਇਨ ਅਦਰ ਪਾਰਟਸ ਆਫ ਦ ਵਰਲਡ, ਠੀਕ ਹੈ। ਇੱਦਾਂ ਤੁਹਾਡੇ ਸਿਨੋਨੀਅਮ ਯੂਜ਼ ਹੋ ਗਈ, ਅਦਰ ਕੰਟਰੀਜ਼ ਅਬਰੋਡ, ਓਵਰਸੀਜ਼ ਯੂਨੀਵਰਸਿਟੀਜ਼, ਫੋਰਨ ਯੂਨੀਵਰਸਿਟੀਜ਼, ਇਨ ਅਦਰ ਪਾਰਟਸ ਆਫ ਦੀ ਵਰਲਡ, ਓਕੇ। ਆਪਾਂ ਕਹਾਂਗੇ ਇਹਦੇ ਵਿੱਚ USA ਦੇ ਵਿੱਚ ਜਿਹੜੇ ਅਮੈਰੀਕਨ ਸਟੂਡੈਂਟਸ ਨੇ, ਉਹਨਾਂ ਦੀ ਕਾਊਂਟਿੰਗ 2002 ਦੇ ਵਿੱਚ ਨੰਬਰਿੰਗ ਕੀ ਸੀਗੀ, 50,000। ਉਸ ਤੋਂ ਬਾਅਦ ਦੇਖੋ ਤੁਸੀਂ ਲਾਈਨ ਗ੍ਰਾਫ, ਬੜਾ ਹੀ ਈਜ਼ੀ ਹੁੰਦਾ ਲਾਈਨ ਗ੍ਰਾਫ ਦੇ ਵਿੱਚ, ਇੰਪੋਰਟੈਂਟ ਚੀਜ਼ ਹੈ, ਨੋਟ ਕਰਨ ਵਾਲੀ ਹੈ, ਇਟ ਇਜ਼ ਨੋਟੀਸੇਬਲ। ਦੇਖੋ ਸਟਾਰਟਿੰਗ ਪੁਆਇੰਟ ਹਮੇਸ਼ਾ ਐਕਸਪਲੇਨ ਕਰਨਾ ਹੁੰਦਾ, ਲਾਸਟ ਜਿੱਥੇ ਖਤਮ ਹੋਈ ਹੈ ਜਾ ਕੇ ਲਾਈਨ, ਉਹ ਵੀ ਐਕਸਪਲੇਨ ਕਰਨਾ ਪੈਂਦਾ ਆਪਾਂ ਨੂੰ। ਇਹ ਨਹੀਂ ਹੁੰਦਾ ਵੀ 2002 'ਚ ਕੀ ਹੋਇਆ ਉਹ ਵੀ ਐਕਸਪਲੇਨ ਕਰੋ, 3 'ਚ, ਦੈਨ 4 'ਚ, ਦੈਨ 5 'ਚ, ਦੈਨ 6 'ਚ, ਦੈਨ 7 'ਚ, ਨਹੀਂ। ਦੇਖੋ ਫਸਟ ਪੁਆਇੰਟ, ਦੈਨ ਮਿਡ ਪੁਆਇੰਟ ਜਿੱਥੇ ਕੁਛ ਚੇਂਜਸ ਆਇਆ, ਦੈਨ ਲਾਸਟ ਪੁਆਇੰਟ, ਜਸਟ 3 ਪੁਆਇੰਟ ਯੂ ਹੈਵ ਟੂ ਮੈਨਸ਼ਨ, ਸੇਮ ਐਜ਼ ਇਨੀਸ਼ੀਅਲ ਪੁਆਇੰਟ, ਦੈਨ ਜਿੱਥੇ ਕੋਈ ਚੇਂਜ ਆਇਆ ਉੱਥੇ, ਦੈਨ ਲਾਸਟ ਪੁਆਇੰਟ, ਸੇਮ ਐਜ਼, ਇਹ ਤਾਂ ਸਟੇਬਲ ਹੀ ਰਹੀ ਹੈ, ਇਸ ਕਰਕੇ ਇੱਕੋ ਹੀ ਲਾਈਨ 'ਚ ਖਤਮ ਹੋ ਜਾਏਗੀ। ਫਸਟ ਪੁਆਇੰਟ ਦੇ ਵਿੱਚ ਤੁਸੀਂ ਲਿਖੋਗੇ ਇਨ 2002
number of the students from America who studied abroad, universities who studied abroad or foreign universities was 50,000. ठीक है, then तुसी कहोंगे after that it decreased gradually, जा it showed a declined trend, जा it showed a steady trend, steady decline trend, जो मैं तुसी भी कहना, ठीक है, decreased हुई overall है, then and in 2004 इधर numbering कितनी होगी सी अपनी approximately 45,000 या 46, ठीक है, then and reached, but after that it reached again 50,000 in 2007, ठीक है, मतलब इन connect करो after that and again word लगाओ क्योंकि ये same again उसे point पे आ गई, then in case of तुसी start कर सकते हो in case of UK students number of students was 30,000 in 2002 which remained same in the next year, हम 2003 लिखने की लोड़ नहीं आएगी क्योंकि next year word बाद हो तुसी, but after the next year, but जा तुसी कैसा after 2003 it declined gradually, जा it decreased gradually, it reduced gradually, moderately, sharply, जी मैं भी तुसी कहना and hit जा and reached 20,000 at 20,000 in 2007, then but on the other hand in case of Australia the number of student was remain stable from the beginning and the from the beginning to the last year, means jab likh sakte hain from 2002 to 2007 which was 10,000, एक line जी complete हो गया, भी जड़ी counting सी, जा गिनती सी बच्चे आंदी, students दी, ओहो, 2002 तो लेके 2007 तक same रही, which was नाल connect करो नू, which नाल की हो जुगा, थोड़ा complex ना, which was किन्ने सी, 10,000, ठीक है, this was the task one, मतलब तुसी highlight point, तुसी पहला ही जदों start शुरू, task शुरू करना, highlight कर लो भी, एक sentence इत्थे तक, एक इत्थे तक, then एक case दा, then एक last वाला, then ਇਹਦਾ ਸਿੰਗਲ ਜੀ ਹੋ ਜਾਊਗਾ ਕੰਪੈਰੀਜ਼ਨ ਕਰੋ ਪਹਿਲਾਂ ਹੀ ਤੁਸੀਂ ਹਾਊ ਤੁਸੀਂ ਆਲ ਸੈਂਟੈਂਸ ਬਣਾ ਸਕਦੇ ਹੋ ਵਿਚ ਨਾਲ ਕਨੈਕਟ ਕਰਕੇ ਹਾਊ ਐਵਰ ਨਾਲ ਕਨੈਕਟ ਕਰਕੇ ਕੰਪਲੈਕਸ ਸੈਂਟੈਂਸ ਬਣਾ ਸਕਦੇ ਹੋ ਦੈਨ ਰੈਦਰ ਦੈਨ ਨਾਲ ਕਰ ਸਕਦੇ ਹੋ ਰੈਦਰ ਦੈਨ ਨਾਲ ਮਤਲਬ ਇੱਕ ਇਹਦੇ ਵਿੱਚ ਹੋਰ ਵੀ ਲਿਖ ਸਕਦੇ ਹੋ ਵਰਡ ਤੁਸੀਂ ਜਿਵੇਂ ਦੇਖੋ ਓਵਰਆਲ ਦੇ ਵਿੱਚ ਜੇ ਇੱਕ ਸੈਂਟੈਂਸ ਸਭ ਤੋਂ ਅਲੱਗ ਦਾ ਪਾਣਾ ਤੁਸੀਂ ਇਹ ਕਹਿ ਸਕਦੇ ਹੋ ਦੀ ਨੰਬਰ ਆਫ ਸਟੂਡੈਂਟਸ of the America was 5 times more than Australian, देखो, if 50,000 ने 10,000 ने, ता it means एदी numbering किन्नी होगी, the number of student एदे की होगे, 5 times more than होगी, किदे नालो, Australian नालो, ए शायद कोई भी explain ना करे, overall दे विच्च, क्योंकि सारे बच्चे maximum और minimum नो ही choose कर देनेगे, so try करो, कुछ different करन दी, if you have to score up to 7 or 7 above, ठीक है, thank you so much, if you like my videos, then give a thumbs up and subscribe my channel if you want new videos, thank you.